ਜੇਲ੍ਹ 'ਚ ਬੰਦ ਬਲਵੰਤ ਸਿੰਘ ਰਾਜੋਆਣੇ ਦੀ ਅਚਾਨਕ ਸਿਹਤ ਖਰਾਬ ਹੋ ਗਈ, ਜਿਸ ਤੋਂ ਬਾਅਦ ਉਹਨਾਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਕਾਂ ਹੇਠ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪੀਟਲ ਵਿਖੇ ਲਿਆਂਦਾ ਗਿਆ, ਜਿੱਥੇ ਡਾਕਟਰਾਂ ਵੱਲੋਂ ਰਾਜੋਆਣੇ ਦਾ ਇਲਾਜ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਰਾਜੋਆਣੇ ਨੂੰ ਛਾਤੀ ਵਿੱਚ ਤਕਲੀਫ ਕਾਰਨ ਰਜਿੰਦਰਾ ਹਸਪੀਟਲ ਵਿਖੇ ਲਿਆਂਦਾ ਗਿਆ। ਇਸ ਦੌਰਾਨ ਪੁਲਿਸ ਨੇ ਹਸਪੀਟਲ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ ਅਤੇ ਡਾਕਟਰਾਂ ਵੱਲੋਂ ਰਾਜੋਆਣੇ ਦਾ ਚੈੱਕਅਪ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਿਹਤ ਖਰਾਬ ਹੋਣ ਦੇ ਚੱਲਦੇ ਰਾਜੋਆਣੇ ਨੂੰ ਹਸਪੀਟਲ ਲਿਆਂਦਾ ਜਾ ਰਿਹਾ ਹੈ। ਪਟਿਆਲਾ ਤੋਂ ਬਲਜੀਤ ਸ਼ਰਨਾ ਦੀ ਰਿਪੋਰਟ। ਉਹਨਾਂ ਦੇ ਕੁਛ ਨਾ ਪਿੱਠ 'ਚ ਬੈਕ ਪਿੱਠ 'ਚ ਦਰਦ ਸੀ ਅਤੇ ਉਹਨਾਂ ਨੂੰ ਐਗਜ਼ਾਮਿਨ ਕੀਤਾ, ਕੋਈ ਮੇਜਰ ਫਾਲਟ ਤਾਂ ਨਹੀਂ ਸੀ ਪਰ ਕੁਛ ਐਕਸਰਸਾਈਜ਼ ਅਤੇ ਕੁਛ ਐਨਾਲਜੈਸਿਕ ਦੇ ਕੇ ਉਹਨਾਂ ਨੂੰ ਦੇਖਿਆ, ਫਰਦਰ ਫੋਲੋ ਅਪ 'ਤੇ ਦੇਖਾਂਗੇ, ਕੋਈ ਮੇਜਰ ਪ੍ਰੋਬਲਮ ਨਹੀਂ ਸੀ। ਹਾਂਜੀ, ਅਗਰ ਉਹਨਾਂ ਨੂੰ ਪ੍ਰੋਬਲਮ ਹੋਈ ਤਾਂ ਆ ਜਾਣਗੇ।